ਕਰਜ਼ੇ ਮੁਆਫੀ ਦੇ ਵਾਅਦਿਆਂ ਤੋਂ ਭੱਜ ਰਹੀ ਹੈ ਕਾਂਗਰਸ ਸਰਕਾਰ ਬਾਦਲ। ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕਾ ਲੰਮੀ ਦੇ ਪਿੰਡ ਮਣਿਆਵਾਲਾ ਅਰਨੀਵਾਲਾ ਪਿੰਡਾਂ ਵਿੱਚ ਪੁੱਜੇ। ਇਸ ਮੌਕੇ ਉੱਤੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਉੱਤੇ ਨਿਸ਼ਾਨਾ ਸਾਧਦੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਦੇ ਨਾਲ ਪੂਰਾ ਕਰਜ਼ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਿਰਫ ਖਾਨਾ ਪੂਰਤੀ ਕਰ ਰਹੀ ਹੈ, ਸਗੋਂ ਅਕਾਲੀ ਦਲ ਦੀ ਸਰਕਾਰ ਵੱਲੋਂ ਫਸਲਾਂ ਦੇ ਨੁਕਸਾਨ ਉੱਤੇ ਹਰ ਵਾਰ ਜ਼ਰੂਰਤਮੰਦ ਨੂੰ ਚਾਹੇ ਉਹ ਕਿਸਾਨ ਹੋਵੇ ਜਾਂ ਮਜ਼ਦੂਰ ਫਸਲੀ ਮੁਆਵਜ਼ਾ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਵਾਅਦੇ ਤਾਂ ਪੂਰੇ ਕਰਨ ਦੂਰ ਦੀ ਗੱਲ, ਉਲਟਿਆ ਅਕਾਲੀ ਦਲ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਦੇ ਕੰਮਾਂ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਬਾਦਲ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਫਸਰਾਂ ਉੱਤੇ ਜਾਣ ਤੋਂ ਲੱਗੀ ਰੋਕ ਉੱਤੇ ਬੋਲੇ ਕਿ ਗੁਰਦੁਆਰਾ ਮੰਦਿਰ ਸਭ ਦੇ ਸਾਂਝੇ ਹਨ, ਇਸ ਵਿੱਚ ਕਿਸੇ ਨੂੰ ਵੀ ਜਾਣ ਦੀ ਮਨਾਹੀ ਨਹੀਂ ਹੋਣੀ ਚਾਹੀਦੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਆਪਣੇ ਘਰ ਦੇ ਨਜ਼ਦੀਕ ਇੱਕ ਪਾਰਕ ਉੱਤੇ ਕਬਜ਼ਾ ਕੀਤੇ ਜਾਣ ਉੱਤੇ ਲੱਗੇ ਦੋਸ਼ ਉੱਤੇ ਪੁੱਛੇ ਜਾਣ ਉੱਤੇ ਬਾਦਲ ਨੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ। ਵੇਖੋ, ਮਸਲਾ ਹੈ ਬੜਾ ਵੱਡਾ, ਲੇਕਿਨ ਇਹ ਲੋਕਾਂ ਦੀ ਅੱਖਾਂ ਝੂਠ ਪਾਉਣ ਵਾਸਤੇ ਕਰਜ਼ਾ ਕਿੰਨਾ ਹੈ, ਕਰਜ਼ਾ ਤਾਂ ਹੈ ਨਾ, ਸਾਰੇ ਕਰਜ਼ਾ ਮਾਫ਼ ਕਰਾਂਗਾ ਕਹਿ ਤਾਂ ਨਹੀਂ ਸੀ, ਫਲਾਨੇ ਦਾ ਕਰਾਂਗਾ ਫਲਾਨੇ ਦਾ ਕਰਾਂਗਾ। ਆੜ੍ਹਤੀਆਂ ਮਤੇ ਵੀ ਕਰਜ਼ੇ ਨੇ, ਕਿਸਾਨ ਕਾੜ੍ਹਤੀਆਂ ਦੇਣਾ ਹੈ, ਵੱਡੇ ਬੈਂਕਾਂ ਦਾ ਦੇਣਾ ਹੈ। ਇਹ ਕੋਆਪਰੇਟਿਵ ਦਾ ਤਾਂ ਥੋੜ੍ਹਾ ਹੁੰਦਾ ਹੈ, ਫਸਲ 'ਤੇ ਲੋਕ ਲੈਂਦੇ ਅਤੇ ਫਸਲ 'ਤੇ ਲੋਕ ਮੋੜ ਦਿੰਦੇ। ਅਸਲੀ ਜਿਹੜਾ ਦੂਜਾ ਕਰਜ਼ਾ ਹੈ ਨਾ, ਬੈਂਕਾਂ ਦਾ ਆੜ੍ਹਤੀਆਂ ਦਾ ਵੱਡਾ ਕਰਜ਼ਾ ਹੁੰਦਾ। ਇਹ ਹੁਣ ਇਹ ਗੋਮੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ, ਉਹ ਕਰਦੇ ਪਤਾ ਨਹੀਂ ਕਿੰਨਾ ਕਰਨਾ ਕਿੰਨਾ ਨਹੀਂ। ਨਹੀਂ, ਉਹੀ ਸੀ ਸਾਡੇ, ਫਰਜ਼ ਕਰੋ ਅਸੀਂ ਇੱਥੇ ਫਸਲ ਮਰ ਗਈ ਸੀ, ਮਜ਼ਦੂਰਾਂ ਨੇ ਵੀ ਉਹਦਾ ਕੰਪਨਸੇਸ਼ਨ ਦਿੱਤਾ ਸੀ। ਕੋਈ ਜੇ ਫਸਲ ਮਰ ਜਾਂਦੀ ਹੈ ਤਾਂ ਉਹਦੇ 'ਤੇ ਜਿਹੜਾ ਵੀ ਡਿਪੈਂਡ ਕਰਦਾ, ਭਾਵੇਂ ਮਾਲਕ ਕਰਦਾ ਭਾਵੇਂ ਮਜ਼ਦੂਰ ਕਰਦਾ, ਦੋਵਾਂ ਦੀ ਮਾਲੀ ਹਾਲਤ 'ਤੇ ਅਸਰ ਪੈਂਦਾ। ਨਾਲੇ ਤਾਂ ਅਸੀਂ 8000 ਰੁਪਇਆ ਕਰਦਾ ਸੀ, ਨਾਲੇ ਮਜ਼ਦੂਰਾਂ ਪਹਿਲੀ ਵਾਰ ਸਟਰੀਕ ਦਿੱਤੇ, ਉਹ ਸਾਨੂੰ ਸਾਰਿਆਂ ਨੂੰ ਪਤਾ। ਮੈਂ ਕੋਈ ਵੀ ਇੱਕ ਵੀ ਜਿਹੜਾ ਵਾਅਦਾ ਕੀਤਾ ਸੀ ਪੂਰਾ ਨਹੀਂ ਕੀਤਾ। ਸਮਾਂ ਡਿਵੈਲਪਮੈਂਟ ਦਾ ਕੰਮ ਜਿਹੜਾ ਇੰਨੀ ਤੇਜ਼ੀ ਨਾਲ ਚੱਲ ਰਿਹਾ ਸੀ, ਜਿਹੜੇ ਪਿੰਡਾਂ 'ਚ ਪੈਸੇ ਗਏ ਸਨ, ਸ਼ਹਿਰਾਂ 'ਚ ਪੈਸੇ ਗਏ ਸਨ, ਜਾਂ ਕੋਈ ਨਹਿਰ ਦੇ ਪੈਸੇ ਗਏ, ਕੋਈ ਸੜਕ 'ਤੇ, ਸਭ ਵਾਪਸ